ਜੀ ਬੱਚਿਆਂ ਦਾ, ਬਾਬਾ ਜੀ ਸਾਡਾ ਵੀ ਵੀਲ ਬਣਾਓ, ਦੇਖੋ ਜੀ ਦੌੜ ਲਾ ਰਹੇ ਜੀ, ਜਿਵੇਂ ਓਲੰਪਿਕ ਸੱਜ ਨਹੀਂ ਦੌੜ ਲੱਗਦੀ। ਸੈਨਪ ਇੱਧਰ ਆ ਜਾ, ਬਹੁਤ ਸ਼ਰਾਰਤੀ ਬੱਚੇ ਜੀ ਮਾਸ਼ਾਅੱਲਾ। ਲੋ ਜੀ ਆਪ ਦੇਖੋ ਜਾਂ ਵੀ ਇਹ ਦੇਖੋ, ਹਾਂ ਜੀ ਕੀ ਨਜ਼ਾਰਾ ਵੇਖ ਲਓ। ਲੋ ਜੀ ਵੇਖੋ ਜੀ ਨਜ਼ਾਰਾ ਹੁਣ ਇੱਧਰ, ਓਏ ਇਹ ਜੀ ਗਰਾਊਂਡ ਬੜੀ ਪਿਆਰੀ ਬਣਾਉਂਦੇ ਨੇ ਇੱਥੇ ਆਰਚਡ, ਬੜਾ ਪਿਆਰਾ ਨਜ਼ਾਰਾ ਇੱਥੇ ਮਾਸ਼ਾਅੱਲਾ। ਕੌਣ ਬੈਠਿਆ? ਓ ਜੀ ਲੋ ਜੀ ਉਹ ਜ਼ੈਨਬ ਆ ਰਹੀ ਜੀ, ਬੜੀ ਦੌੜ ਲਾ। ਲੋ ਜੀ ਇਹ ਜੀ ਜ਼ੈਨਬ ਆ ਰਹੀ ਹੈ, ਇਹ ਵੇਖੋ ਜੀ ਬੜਾ ਪਿਆਰਾ ਨਜ਼ਾਰਾ। ਮੇਰੇ ਪਿੱਛੇ ਵੇਖੋ ਦੋਵੇਂ ਭੈਣ ਭਰਾ, ਇਹ ਸਾਡੀ ਛੋਟੀ ਪਿੱਦੀ ਮੁਸਤਬਸ਼ਿਰ। ਚੱਲ ਭਈਆ ਵੇਖ ਬਈ ਪਿੱਛੋ, ਬਾਏ ਬਾਏ ਕਰੋ। ਇਹ ਵੇਖੋ ਜੀ ਪਿੱਛੇ ਮੇਰੇ ਦੋਵੇਂ ਭੈਣ ਭਰਾ ਬੜੇ ਇੰਜੋਏ ਕਰ ਰਹੇ ਨੇ ਲਾਈਫ ਨੂੰ ਫੁੱਲ ਪੜਾ। ਇਹ ਦੇਖੇ ਜੀ, ਲੋ ਜੀ ਕਿਆ ਬਾਤ ਕਿਆ ਬਾਤ। ਲੋ ਜੀ ਤੁਹਾਡੇ ਦੋਵਾਂ ਦੀ ਦੌੜ ਲਵਾਈਏ, ਜਿੱਤ ਰੇਸ ਲਵਾਈਏ, ਫਿਰ ਮੇਰਾ ਕਿਹੜਾ ਜਿੱਤਦਾ। ਠਹਿਰ ਜੋ। ਲੋ ਜੀ ਹੁਣ ਇਹਨਾਂ ਦੋਵਾਂ ਦੀ ਦੌੜ ਲੱਗਣ ਲੱਗੀ ਹੈ, ਤੁਸੀਂ ਦੌੜ ਵੇਖ ਕੇ ਜਾਣਾ, ਇਹ ਨਿਸ਼ਾਨ ਲਾ ਲਓ, ਇੱਥੇ ਤੁਸੀਂ ਸੁਭਾਉਣਾ ਪਿਛਾਂ, ਠੀਕ ਹੈ। ਲੋ ਜੀ ਇਹਨਾਂ ਦੀ ਦੌੜ ਦਾ ਨਿਸ਼ਾਨ ਲੱਗ ਗਿਆ, ਇਹ ਵਾਲਾ। ਨਹੀਂ ਨਹੀਂ ਬਾਈਕ ਨਹੀਂ, ਉੱਥੋਂ ਹੋ ਕੇ ਵਾਪਸ ਜਿਹੜਾ ਇੱਥੇ ਪਹਿਲੋਂ ਆਵੇ ਦਾ ਉਹ ਜਿੱਤੇਦਾ। ਲੋ ਜੀ ਦੌੜ ਲੱਗਣ ਲੱਗੀ ਹੈ, ਲੋ ਜੀ ਤਾਂ ਖਲੋ ਜਾਓ, 10 ਰੁਪਏ ਲੱਭਣੇ ਜੀ, 10 ਰੁਪਏ ਇਨਾਮ ਲੱਭੇ ਤੁਹਾਨੂੰ, ਖਲੋ ਜਾਓ ਦੋਵੇਂ ਇੱਥੇ, ਇੱਥੇ ਖਲੋ ਜੀ। ਮੈਂ ਆਖਾਂ ਤੁਹਾਨੂੰ 1 2 3 ਉੱਥੋਂ, ਮੈਂ ਕਹਿੰਦਾ 1 ਚੱਲ ਦੈਨ ਭੈਣ ਤੁਸੀਂ ਹੋ ਜਾਣਾ ਜਿਵੇਂ ਹੋਇਆ ਭਾਈ। ਚਲੋ ਜੀ 1 2 3 1 2 3 ਲਓ ਜੀ ਦੌੜ ਲਾ ਕੇ। ਲਓ ਜੀ ਵੇਖੋ ਜੀ ਅਮਦਾ ਕੇ ਟੁਰ ਗਿਆ, ਆ ਜਾਓ ਵਾਪਸ, ਆ ਜਾਓ। ਲੈ ਅਮਦਾ ਤੂੰ ਹਾਰ ਗਿਆ, ਹੋ ਜ਼ੈਨਬ ਜਿੱਤ ਚੱਲੀ ਆ, ਲੈ ਭਾਈ ਜ਼ੈਨਬ ਜਿੱਤ ਗਈ ਆ, ਫਿਰ ਵੀ ਦੌੜ ਲਾਉਂਦੀ ਹੈ। ਵੀਹ ਲੱਖ ਬੜਾ ਮਜ਼ੇਦਾਰ, ਅੱਜ ਤਾਂ 20 ਲੱਖ ਜ਼ਰੂਰ ਵੇਖੀ ਸਾਡਾ, ਤੇ ਅੱਜ ਤੁਸੀਂ 20 ਲੱਖ ਵੇਖ ਕੇ ਇੰਜੋਏ ਕਰਿਆ ਕਰੋ ਬੱਚਿਆਂ ਨਾਲ। ਲੋ ਜੀ ਦੁਬਾਰਾ ਕਰ ਇੱਕ ਹੋਰ ਰੇਸ ਲਈ, ਚਲੋ ਜੀ ਚਲੋ ਜੀ 1 2 3 ਮੁਸਤਾਕਸ਼ਰ ਤੁਮ 1 2 3 ਲੋ ਜੀ ਫਿਰ ਦੁਬਾਰਾ ਦੌੜ ਲੱਗ ਜੀ ਓਲੰਪਿਕ ਸੇ। ਮੁਸਤਾਕਸ਼ਰ ਆਪ ਤੋਂ ਪਿੱਛੇ ਆ ਜਾ ਮੁਸਤਾਕਸ਼ਰ, ਇਹ ਚੀਟਿੰਗ ਏ, ਇਹ ਜ਼ੈਨਬ ਨੇ ਚੀਟਿੰਗ ਕੀਤੀ ਦੂਜੀ ਵਾਰੀ, ਪਹਿਲੀ ਵਾਰੀ ਮੈਨੂੰ ਜਿਤਾ ਹੜਿਆ, ਫਿਰ ਇਹਨੇ ਚੀਟਿੰਗ ਕਰ ਲਈ ਜ਼ੈਨਬ ਦਾ। ਲੋ ਜੀ ਜ਼ੈਨਬ ਜਿੱਤ ਕੇ ਬੜੀ ਖੁਸ਼ ਹੋਈ, ਤੁਸੀਂ ਜਿੱਤ ਗਏ। ਲੋ ਜੀ ਇਹ ਬੰਦਾ ਪੱਕਾ ਤੱਕ ਮੈਂ ਜਿੱਤ ਗਿਆ, ਤੁਹਾਨੂੰ ਕੀ ਇਨਾਮ ਦਈਏ ਜਨਾਬ ਸਾਨੂੰ? ਲੋ ਜੀ ਤੁਸੀਂ ਇੰਟਰਵਿਊ ਦਿਓ ਜੀ, ਕੀ ਮਹਿਸੂਸ ਕੀਤਾ ਜਿੱਤ ਕੇ? ਬੜਾ ਅੱਛਾ ਮਹਿਸੂਸ ਕੀਤਾ। ਕੀ ਮਹਿਸੂਸ ਕੀਤਾ ਤੁਸੀਂ ਜਿੱਤ ਕੇ ਜੀ? ਅੱਜ ਫੇਰ ਰੇਸ ਲਈ। ਹਾਂ ਜੀ ਤੁਸੀਂ ਦੌੜ ਲਾਉਂਦੇ ਹੋ, ਪਰ ਤੁਸੀਂ ਕੀ ਮਹਿਸੂਸ ਪਾ ਕਰਦੇ ਸੋ? ਬੜਾ ਅੱਛਾ ਮਹਿਸੂਸ। ਅੱਛਾ ਮਹਿਸੂਸ ਕਰ ਰਹੇ ਸੋ? ਪਹਿਲਾਂ ਤੁਸੀਂ ਵਰਜਿਸ਼ ਕੀਤੀ? ਪਹਿਲਾਂ ਤੁਸੀਂ ਕੋਈ ਥੋੜੀ ਟ੍ਰੇਨਿੰਗ ਕੀਤੀ, ਥੋੜੀ ਐਕਸਰਸਾਈਜ਼ ਹਾਰ ਕੀਤੀ ਸੀ? ਅੱਛਾ ਤੋ ਅੱਜ ਤੁਹਾਡਾ ਮੈਚ ਹੈ। ਲੋ ਜੀ ਜ਼ੈਨਬ ਤੁਸੀਂ ਹਾਰ ਗਈ ਹੋ, ਤੁਹਾਡਾ ਕੀ ਤਾਸਰਾਤ ਨੇ? ਨਹੀਂ ਮੈਂ ਜਿੱਤ ਗਈ ਹਾਂ। ਇੱਕ ਗੇਮ ਤੁਸੀਂ ਜਿੱਤੇ, ਦੇਖੋ ਜਿੱਤਿਆ, ਠੀਕ ਹੈ। ਨਹੀਂ ਫੇਰ ਤੋ ਫੇਰ ਤੋ ਲੋ ਜੀ ਉਹ ਕਹਿੰਦੀ ਫੇਰ ਤੋ ਆਜਾ ਆਜਾ ਭਾਈ ਚਲੋ ਜੀ। ਹੁੰਦੀ ਗੇਮ ਨਹੀਂ ਹੁੰਦੀ। ਲੋ ਜੀ ਇੱਕ ਗੇਮ ਹੋਰ ਲਾ ਲਾਂਗੇ, ਠੀਕ ਹੈ।
ਲੋ ਜੀ ਇੱਕ ਗੇਮ ਲੱਗਾ, ਚਲੋ ਜੀ 1 2 3 ਹੋ ਜੀ। ਲੋ ਜੀ ਯਾਖ ਮੈਂ ਮਾਰਸ 1 2 3 ਚਲੋ ਬਾ। ਲੋ ਜੀ ਵੇਖੋ ਜੀ ਹੁਣ ਦੌੜ ਲਾ ਕੇ ਜੇ ਬੰਦੇ ਬੜੇ ਪਾਜਕ ਵਾਪਸ ਆ ਜਾ ਬਾਈ ਦਰਬਾਇਆ ਦੌੜ ਲਾ ਲਾ। ਹਮਜ਼ਾ ਜਿੱਤ ਗਿਆ ਗੇਮ, ਹਮਜ਼ਾ ਜਿੱਤ ਗਿਆ, ਓਏ ਹਮਜ਼ਾ ਜਿੱਤ ਗਿਆ, ਉਹ ਜਿੱਤ ਗਿਆ, ਉਹ ਡਿੱਗ ਪਏ, ਉਹ ਵੇਖੋ ਜੀ ਡਿੱਗ ਪਏ, ਦੌੜ ਲਾ ਲਾ ਵੇਖਿਆ ਦੇ ਜੀ ਉਹ ਲੈ ਉਧਰ ਹੋਣ ਲੱਗ ਪਈ। ਓਏ ਉਹ ਤੂੰ ਵੀਡੀਓ 'ਚ ਵੀ ਆ ਜਾ ਇਧਰ ਹੋਂਦੀ ਨਾ ਰੋ ਵੀ ਕਿਆ ਹੋਇਆ ਲੋ ਜੀ ਭੱਜ ਗਿਆ ਜੀ ਡਾਕਟਰ ਨੂੰ ਲਗਾ ਜੀ ਡਾਕਟਰ ਦੁਬਾਰਾ ਜੀ ਲੋ ਜੀ ਵੇਖੋ ਜੀ ਹੁਣ ਫਿਰ ਦੁਬਾਰਾ ਓਲੰਪਿਕ ਦੀ ਗੇਮ ਵਿੱਚ ਬੱਚੇ ਆ ਗਏ ਨੇ, ਦੁਬਾਰਾ ਗੇਮ ਬੜੀ ਪਿਆਰੀ ਚੱਲ ਰਹੀ ਹੈ। ਲੋ ਜੀ ਵੇਖੋ ਜੀ ਹੁਣ ਫਿਰ ਦੁਬਾਰਾ 1 2 3 ਮੈਚ ਜਿੱਤ ਕੇ ਖੁਸ਼ ਹੋਏ ਹੋ? ਕਿੰਨੇ ਖੁਸ਼ ਹੋਏ ਹੋ? ਕਿੰਨਾ ਨਾਮ ਲੱਭਿਆ ਤੁਹਾਨੂੰ? ਲੋ ਜੀ ਜਨਮ ਦਾ ਇੰਟਰਵਿਊ, ਕਿੰਨਾ ਨਾਮ ਲੱਭਿਆ ਜੀ ਤੁਹਾਨੂੰ? 30 ਰੁਪਏ 30 ਰੁਪਏ ਅੱਛਾ ਜੀ ਤੁਸੀਂ ਹਾਰ ਗਏ ਹੋ। ਕੋਈ ਗੱਲ ਕਰੀ ਤੁਸੀਂ ਵੀ ਤਕੀ ਚਲੋ ਦੁਬਾਰਾ ਫਿਰ ਇੱਕ ਹੋਰ ਚਲੋ ਜੀ ਮੁਸਤਾਫਿਰਾ ਵਾਪਸ ਆ ਜਾ, ਆ ਜਾ ਮੁਸਤਾਫਿਰਾ ਤੂੰ ਜਿੱਤ ਜਾ ਵਾਪਸ ਆ ਜਾ। ਲੋ ਜੀ ਮੁਸਤਾਫਿਰਾ ਜਿੱਤ ਗਈ ਸਾਡੇ, ਲੋ ਜੀ ਇਸ ਵਾਰ ਸਾਡਾ ਬਿੱਲਾ ਜਿੱਤ ਗਿਆ, ਸ਼ਾਬਾਸ਼ ਮੇਰਾ ਬੱਚਾ ਜਿੱਤ ਗਿਆ। ਆ ਜਾ ਆ ਜਾ ਆ ਜਾ ਮੁਸਤਾਫ ਜ਼ੈਨਬ ਆ ਜਾ, ਓਏ ਹਮਜ਼ਾ ਆ ਜਾ ਓਏ। ਲੋ ਜੀ ਜ਼ੈਨਬ ਚੀਟਿੰਗ ਕਰਕੇ ਜਿੱਤ ਗਿਆ ਫੇਰ, ਹਮਜ਼ਾ ਉਹ ਬੜਾ ਦੂਰ ਟੁਰ ਗਿਆ, ਲੋ ਤੋਂ ਨੇੜੇ ਕਰਕੇ ਭਾਈ ਹਮਜ਼ਾ ਕਿੱਡਾ ਦੂਰ ਟੁਰ ਗਿਆ। ਇਹ ਹਮਜ਼ਾ ਆ ਰਿਹਾ ਜੀ, ਲੋ ਜੀ ਬੜਾ ਵਧੀਆ ਗੇਮ ਹੋਈ ਹੈ ਜੀ ਮਾਸ਼ਾਅੱਲਾ ਜੀ। ਅਸੀਂ ਹੁਣ ਚੱਲੇ ਹਾਂ, ਅਸੀਂ ਆਰਚਡ 'ਚ ਆਏ ਸਾਂ, ਬੰਦਾ ਭੈਲੇ ਇੱਥੇ ਬੜਾ ਪਿਆਰਾ ਮਾਹੌਲ ਖੁੱਲ੍ਹੀ ਆ, ਬਵਾ ਤਾਜ਼ਾ ਬਵਾ, ਸਾਰਾ ਦਿਨ ਕੰਮ ਕਰ ਕਰਕੇ ਪਿਛਲੇ ਪਰ ਬੰਦੇ ਤਾਂ ਬੜੇ ਆਉਂਦੇ ਨੇ ਦੇਹ ਨੂੰ ਫਰੈਸ਼ ਕਰਨ ਦਾ, ਤੁਸੀਂ ਵੀ ਆਇਆ ਕਰੋ, ਬੜਾ ਇੰਜੋਇਮੈਂਟ, ਬੜਾ ਬਿਹਤਰੀਨ ਮਾਹੌਲ, ਇੰਜੋਏ ਐਂਟਰਟੇਨਮੈਂਟ। ਲੋ ਜੀ ਠੀਕ ਹੈ ਜੀ ਫਿਰ ਹਮਜ਼ਾ ਜੀ, ਲੋ ਜੀ ਹਮਜ਼ਾ ਆ ਜਾਓ, ਅਸੀਂ ਹੁਣ ਚੱਲੇ ਹਾਂ, ਸਾਡੀ ਬਾਈਕ ਖਲੋਤੀ, ਅਸੀਂ ਬਾਈਕ 'ਤੇ ਨਿਕਲਣਾ ਹੁੰਦਾ ਸਾਂ। ਲੋ ਜੀ ਆ ਪਿਆ ਭਾਅ ਜੀ ਕੋਈ ਖਵਾ ਪਿਆ, ਤੁਸੀਂ ਜਿੱਤ ਗਏ ਤੁਸੀਂ ਆਪੇ ਖਾ ਲਏ, ਨਾਮ ਜਿਹੜਾ ਲੱਭੇ ਦਾ ਮੁਸਤੈਨਬ ਇੱਧਰ ਆ ਜਾਓ, ਇੱਧਰ ਆ ਜਾ ਜ਼ੈਨਬ, ਪੈਰ ਗੰਦੇ ਹੋ ਜਾਂਦੇ ਇੱਧਰ ਆ ਜਾ, ਸ਼ਾਬਾਸ਼।
ਲੋ ਜੀ ਪੰਜਾਬੀ ਚ ਕਮੈਂਟਰੀ ਹੁੰਦੀ ਵੀ ਬੜਾ ਮਜ਼ਾ ਆ ਰਿਹਾ। ਇੱਧਰ ਆ ਮੇਰਾ ਪੁੱਤਰ, ਇੱਧਰ ਆ ਜਾ, ਪੈਰ ਤੇਰੇ ਮਿੱਟੀ ਨਾਲ ਭਰ ਕਤਰੇ ਨੇ, ਇੱਧਰ ਆ ਜਾ। ਲੋ ਜੀ ਚੰਗਾ ਜੀ, ਇਹ ਸਾਡਾ ਵੀਰ ਲਾ ਕੇ ਉਹਨੂੰ ਵੇਖਿਓ, ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ, ਬੱਚਿਆਂ ਨਾਲ ਇੰਜੋਏ ਕਰਿਆ ਕਰੋ, ਹੈਪੀ ਹੈਪੀ, ਠੀਕ ਹੈ। ਬੱਚਿਆਂ ਨਾਲ ਇੰਜੋਏ ਕਰਨ ਦਾ ਬਹੁਤ ਹੀ ਜ਼ਿਆਦਾ ਮਜ਼ਾ ਆਉਂਦਾ, ਬੱਚੇ ਵੀ ਬੜੇ ਖੁਸ਼ ਅਤੇ ਤੁਸੀਂ ਵੀ ਬੜੇ ਖੁਸ਼, ਠੀਕ ਹੈ। ਡੇਲੀ ਦੀਆਂ ਜਿੰਨੀਆਂ ਵੀ ਤੁਹਾਡੀਆਂ ਪਰੇਸ਼ਾਨੀਆਂ, ਦੁੱਖ ਦਰਦ, ਮੁਸੀਬਤਾਂ, ਸੋਚਾਂ ਸਾਰੀਆਂ ਛੱਡ ਕੇ ਪਾਰਕਾਂ 'ਚ ਆਇਆ ਕਰੋ ਅਤੇ ਇੰਜੋਏ ਕਰਿਆ ਕਰੋ। ਅਸਲਾਮੁਅਲੈਕੁਮ ਵਰਹਮਤੁਲਲਾਹ ਵਬਰਕਾਤ।